ਜਿਵੇਂ ਸਿੱਧੂ ਮੂਸੇਵਾਲਾ ਅੱਜ ਦੇ ਟਾਈਮ 'ਤੇ ਬਹੁਤ ਵੱਡਾ ਕਲਾਕਾਰ ਰਹੇ ਜੀ 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 ਅਤੇ ਉਸ ਜ਼ਮਾਨੇ ਦੇ ਵਿੱਚ ਇੰਟਰਨੈਟ ਨਹੀਂ ਸੀ, ਬਟ ਸਟਾਰਡਮ ਉਹਨਾਂ ਤੋਂ ਉਹਨਾਂ ਨਾਲੋਂ ਵੀ ਡਬਲ ਸੀ। ਮੇਰੀ ਐਂਟਰੀ ਸਭ ਤੋਂ ਐਸਟੈਬਲਿਸ਼ ਐਂਟਰੀ ਸੀ ਇਸ ਫਿਲਮ ਨੂੰ ਲੈ ਕੇ। ਫਿਲਮ ਜਦੋਂ ਤੁਸੀਂ ਦੇਖਦੇ ਹੋ ਫਿਲਮ ਨੋਰਮਲ ਗ੍ਰਾਫ ਚੱਲ ਰਿਹਾ ਹੈ ਨਾ, ਚਮਕੀਲੇ ਦਾ ਗ੍ਰਾਫ ਇੱਦਾਂ ਨੋਰਮਲ। ਮੇਰੇ ਆਉਣ ਦੇ ਨਾਲ ਗ੍ਰਾਫ ਫਿਲਮ ਦਾ ਥੋੜ੍ਹਾ ਚੇਂਜ ਹੁੰਦਾ। 2016 ਦੇ ਵਿੱਚ ਮੈਂ ਬੈਟਲ ਆਫ ਸਾਰਾਗੜੀ, ਮੈਨੂੰ ਪਹਿਲੀ ਫਿਲਮ ਮਿਲੀ ਅਤੇ ਜੋ ਰਣਦੀਪ ਹੁੱਡਾ ਜੀ ਦੇ ਨਾਲ ਫਿਲਮ ਬਣ ਰਹੀ ਸੀ ਜੀ, ਉਹ ਫਿਲਮ ਕਾਫੀ ਮੁਸ਼ਕਲਾਂ ਤੋਂ ਬਾਅਦ ਵੀ ਉਹ ਫਿਲਮ ਬੰਦ ਹੋ ਗਈ। ਫਿਰ ਮੈਨੂੰ ਇੱਕ ਔਫਰ ਆਈ ਹੈ ਨਾ, ਇੱਕ ਮੈਨੂੰ ਮੌਕਾ ਮਿਲਿਆ ਅਤੇ ਮੈਂ ਰਾਤੋਂ ਰਾਤ ਹੀ ਮੈਂ ਆਪਣੀ ਨੌਕਰੀ ਵਿੱਚ ਛੱਡ ਕੇ ਅਤੇ ਫਿਰ ਮੈਂ ਚੰਡੀਗੜ੍ਹ ਚਲਾ ਗਿਆ। ਮੈਨੂੰ ਲੱਗਦਾ ਸਵਨ ਸਿੰਘ ਜੀ ਦੀ ਲਾਸਟ ਡੈਥ ਹੋਈ ਹੈ, ਉਹ ਬਈ ਇਨਸਾਨ ਮਰ ਕੇ ਵੀ ਅਮਰ ਹੋਇਆ। ਬਹੁਤ ਵੱਡਾ ਸਟਾਰਡਮ ਸੀ ਚਮਕੀਲੇ ਦਾ ਅਤੇ ਦਲਜੀਤ ਭਾਜੀ ਦਾ ਲੈਵਲ 'ਤੇ ਸਾਰਿਆਂ ਨੂੰ ਪਤਾ ਹੀ ਹੈ, ਕਮਾਲ ਦੇ ਆਰਟਿਸਟ। ਵੀਰ ਜੀ, ਚਮਕੀਲੇ ਦੇ ਬਾਰੇ ਹਰ ਕੋਈ ਜਾਣਨਾ ਚਾਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਚਮਕੀਲੇ ਨੇ ਕੀ ਕੁਝ ਕੀਤਾ, ਚਮਕੀਲੇ ਦੀ ਜਦੋਂ ਗਾਇਕੀ ਸੀ ਉਹ ਕਿਸ ਤਰ੍ਹਾਂ ਦੀ ਸੀ, ਉਹਦੇ ਉੱਤੇ ਫਿਲਮ ਤਿਆਰ ਕਰ ਦਿੱਤੀ। ਪਹਿਲਾਂ ਦੱਸੋ ਤੁਸੀਂ ਇਸ ਫਿਲਮ ਦੇ ਵਿੱਚ ਜਿਹੜੀ ਫਿਲਮ ਲੋਕਾਂ ਵਾਸਤੇ ਅਸੀਂ ਪੇਸ਼ ਕੀਤੀ, ਇਹਦੇ ਵਿੱਚ ਕੀ ਰੋਲ ਤੁਸੀਂ ਨਿਭਾਇਆ? ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਫਿਲਮ ਦੀ ਗੱਲ ਕਰਾਂ ਤਾਂ ਇਹ ਫਿਲਮ ਡਾਇਰੈਕਟਰ ਇਮਤਿਆਜ਼ ਅਲੀ ਜੀ ਵੱਲੋਂ ਬਣਾਈ ਗਈ ਹੈ। ਜੀ ਜੀ ਜੀ, ਸਾਰਿਆਂ ਦੇ ਫੇਵਰੇਟ ਕਲਾ ਡਾਇਰੈਕਟਰ ਨੇ ਉਹ, ਰੌਕ ਸਟਾਰ ਤਮਾਸ਼ਾ ਵਰਗੀਆਂ ਫਿਲਮਸ ਉਹਨਾਂ ਨੇ ਬਣਾਈਆਂ ਨੇ। ਅਤੇ ਇਸ ਫਿਲਮ ਦੇ ਵਿੱਚ ਇੱਕ ਬਹੁਤ ਵਧੀਆ ਪੋਜ਼ਿਟਿਵ ਕਰੈਕਟਰ ਹੈ ਸਰਦਾਰ ਸਵਰਨ ਸਿੰਘ ਸਿਵਿਆ ਜੀ ਦਾ ਜੀ, ਜੋ ਕਿ ਇੱਕ ਸਰਕਾਰੀ ਮਹਿਕਮੇ ਦੇ ਵਿੱਚ ਗਵਰਨਮੈਂਟ ਆਫਿਸਰ ਸੀਗੇ, ਇਨਕਮ ਟੈਕਸ ਆਫਿਸਰ ਜੀ। ਅਤੇ ਉਹਦੇ ਸਟੋਰੀ ਉਸ ਦੌਰਾਨ ਦੇ ਸੀਗੀ ਕਿ ਵੀ ਜਿਵੇਂ ਸਿੱਧੂ ਮੂਸੇਵਾਲਾ ਅੱਜ ਦੇ ਟਾਈਮ 'ਤੇ ਬਹੁਤ ਵੱਡਾ ਕਲਾਕਾਰ ਰਹੇ ਨੇ ਜੀ ਜੀ ਜੀ, ਅਤੇ ਉਸ ਜ਼ਮਾਨੇ ਦੇ ਵਿੱਚ ਇੰਟਰਨੈਟ ਨਹੀਂ ਸੀ, ਬਟ ਸਟਾਰਡਮ ਉਹਨਾਂ ਤੋਂ ਉਹਨਾਂ ਨਾਲੋਂ ਵੀ ਡਬਲ ਸੀ। ਬਹੁਤ ਬਹੁਤ ਖਤਰਨਾਕ ਸਟਾਰਡਮ ਸੀ, ਬਹੁਤ ਲੋਕ ਪਿਆਰ ਕਰਦੇ ਸੀ। ਸੋ ਉਹੀ ਇੱਕ ਸਟੋਰੀ ਆ ਉਹਨਾਂ ਦੀ ਕਿ ਵੀ ਕਿਵੇਂ ਕਿਵੇਂ ਉਹ ਕਲਾਕਾਰ ਹਿੱਟ ਹੋਇਆ, ਕਿਵੇਂ ਕਿਵੇਂ ਉਹਨਾਂ ਦੀ ਜਾਨ ਨੂੰ ਖਤਰਾ ਸੀ, ਕਿਵੇਂ ਸਰਦਾਰ ਸਵਰਨ ਸਿੰਘ ਸਿਵਿਆ ਦੀ ਐਂਟਰੀ ਹੁੰਦੀ ਆ ਉਹਨਾਂ 'ਤੇ, ਅਤੇ ਸਟੋਰੀ ਦੇ ਵਿੱਚ ਟਵਿਸਟ ਆਉਂਦਾ, ਅਤੇ ਕਿਵੇਂ ਉਹਨਾਂ ਦਾ ਬੌਂਡ। ਮੈਂ ਕਹਿੰਦਾ ਕਿ ਵੀ ਲੋਕ ਦੇਖਣਗੇ ਤਾਂ ਜ਼ਿਆਦਾ ਵਧੀਆ ਫਿਲਮ ਬਾਰੇ ਪਤਾ ਲੱਗ ਸਕਦਾ। ਬਹੁਤ ਸੋਹਣਾ ਪੋਜ਼ਿਟਿਵ ਕਰੈਕਟਰ ਮਿਲਣਾ, ਸ਼ੁਕਰਗੁਜ਼ਾਰ ਹਾਂ। ਅੱਛਾ, ਮੈਂ ਲੋਕ ਕੁਝ ਫਿਲਮ 'ਤੇ ਮੈਨੂੰ ਪਤਾ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਕੋਈ ਦੇਖੇਗਾ ਫਿਰ ਹੀ ਪਤਾ ਲੱਗੇਗਾ ਸਹੀ ਤਰੀਕੇ ਦੇ ਨਾਲ ਕੀ ਹੋਇਆ, ਤਾਂ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਜੋ ਤੁਸੀਂ ਜਿਹੜਾ ਕਿਰਦਾਰ ਨਿਭਾਇਆ ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਾ ਕਿ ਵਾਕਿਆ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਅਤੇ ਮੈਨੂੰ ਬਹੁਤ ਵਧੀਆ ਲੱਗਾ, ਇਸ ਫਿਲਮ 'ਚ ਕਿਰਦਾਰ ਨਿਭਾਉਣਾ ਚਾਹੀਦਾ ਸੀ? ਹਾਂਜੀ ਬਿਲਕੁਲ ਜੀ, ਕਿਉਂਕਿ ਇੱਕ ਜਿੰਨਾ ਵੀ ਜਿਹੜੇ ਵੀ ਬੰਦੇ ਆਰਟਿਸਟ ਨੇ ਆਪਣਾ ਮਿਹਨਤ ਕਰ ਰਹੇ ਨੇ, ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਨੇ, ਹਰੇਕ ਦਾ ਸੁਪਨਾ ਹੁੰਦਾ ਜੀ ਕਿ ਵੀ ਉਹਨੂੰ ਇੱਕ ਸੋਹਣੀ ਫਿਲਮ ਮਿਲੇ ਹੈ ਨਾ, ਇੱਕ ਵਧੀਆ ਡਾਇਰੈਕਟਰ ਦੇ ਅੰਡਰ ਇੱਕ ਫਿਲਮ ਮਿਲੇ, ਤਾਂ ਜੋ ਉਹਦੀ ਕਲਾ ਨੂੰ ਬਾਹਰ ਲਿਆ ਕੇ ਹੈ ਨਾ ਵੀ ਲੋਕਾਂ ਤੱਕ ਪਹੁੰਚਾ ਸਕੇ। ਬਿਲਕੁਲ ਹੈ ਨਾ, ਅਤੇ ਹਰੇਕ ਦਾ ਸੁਪਨਾ ਹੁੰਦਾ, ਅਤੇ ਮੈਨੂੰ ਲੱਗਦਾ ਮੇਰੇ ਸਾਰੇ ਸੁਪਨੇ ਪੂਰੇ ਹੋਏ ਆ ਜੀ। ਜੀ, ਬਹੁਤ ਵੱਡੇ ਡਾਇਰੈਕਟਰ ਨੇ, ਮਿਊਜ਼ਿਕ ਡਾਇਰੈਕਟਰ ਬਹੁਤ ਵੱਡੇ ਨੇ, ਏ ਆਰ ਰਹਿਮਾਨ ਸਰ ਜੀ, ਜੋ ਜਾਣਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਏ ਆਰ ਰਹਿਮਾਨ ਸਰ ਕੌਣ ਨੇ, ਮੋਹਿਤ ਚੌਹਾਨ ਸਰ ਆਪਣੇ ਰੌਕ ਸਟਾਰ ਦੇ ਸਿੰਗਰ ਨੇ ਜੀ, ਹੈ ਨਾ ਉਹੀ ਸਿੰਗਰ ਇਹਦੇ ਵਿੱਚ ਵੀ ਨੇ, ਅਤੇ ਬਹੁਤ ਵੱਡੇ ਵੱਡੇ ਨਾਮ ਨੇ, ਨੈੱਟਫਲਿਕਸ ਹੈ ਦਲਜੀਤ ਦੋਸਾਂਝ, ਅਤੇ ਇਹਦੇ ਵਿੱਚ ਵੀ ਇਹ ਸਭ ਚੀਜ਼ਾਂ ਦੇ ਵਿੱਚ ਮੇਰੀ ਐਂਟਰੀ ਸਭ ਤੋਂ ਐਸਟੈਬਲਿਸ਼ ਐਂਟਰੀ ਸੀ ਇਸ ਫਿਲਮ ਨੂੰ ਲੈ ਕੇ। ਫਿਲਮ ਜਦੋਂ ਤੁਸੀਂ ਦੇਖਦੇ ਹੋ ਫਿਲਮ ਨੋਰਮਲ ਗ੍ਰਾਫ ਚੱਲ ਰਿਹਾ ਹੈ ਨਾ, ਚਮਕੀਲੇ ਦਾ ਗ੍ਰਾਫ ਇੱਦਾਂ ਨੋਰਮਲ, ਮੇਰੇ ਆਉਣ ਦੇ ਨਾਲ ਗ੍ਰਾਫ ਫਿਲਮ ਦਾ ਥੋੜ੍ਹਾ ਚੇਂਜ ਹੁੰਦਾ ਜੀ, ਅਤੇ ਬੜਾ ਬਹੁਤ ਦਿਲ ਨੂੰ ਸਕੂਨ ਹੈ ਜੀ ਕਿ ਵੀ ਐਸਾ ਇੰਪੈਕਟਫੁਲ ਰੋਲ ਮੇਰੀ ਹਿੱਸੇ ਆ।